अध्यापका नू पजा पजा के वराया गया डंडा। पटियाला च पुलिस दा अध्यापका ते तशद्दद। पुलिस ते लगे औरतां ते बदतमीजी करन दे इल्जाम। तस्वीरां शाही शहर पटियाला दियां, जिथे बेरोजगार ईटीटी अध्यापका ते पुलिस वलों डंडा वराया गया। दरअसल लंबे समय तो नौकरी दी मांग कर रहे ए अध्यापक जदों अज पटियाला च मुख्यमंत्री दी कोठी दा घिराओ करन पहुंचे तां पुलिस ते प्रदर्शनकारियां विचकार धक्का मुक्की होई, जिस तों बाद पुलिस ने अध्यापका ते लाठी चार्ज कीता। उधर बेरोजगार अध्यापका मुताबक जदों तक सरकार दे कन्ना तक आवाज नहीं पहुंचदी, ओ नौकरी ले डंडे खान नु भी तैयार ने। ਵਤੀਰਾ ਕੀਤਾ ਗਿਆ ਜੇ ਪਟਿਆਲੇ ਦੇ ਵਿੱਚ ਸਾਡੇ ਤੇ ਲਾਠੀ ਚਾਰਜ ਕਰਕੇ ਇਹਨੂੰ ਮੰਦ ਪੱਗਾ ਹੀ ਕਹਾਂਗੇ, ਕਿਉਂਕਿ ਜਿਹੜੇ ਕੰਮ ਲਈ ਪਟਿਆਲਾ ਪ੍ਰਸ਼ਾਸਨ ਜਾਂ ਸਰਕਾਰ ਜਾਣੀ ਜਾਂਦੀ ਹੈ, ਜਿਵੇਂ ਸਾਡੇ ਨਾਲ 8 ਮਾਰਚ ਤੇ ਸਾਡੇ ਬਹਿਰਾਮੀ ਨਾਲ ਸਾਡੇ ਤੇ ਲਾਠੀ ਚਾਰਜ ਕੀਤਾ ਗਿਆ, ਉਸ ਤਰੀਕੇ ਨਾਲ ਹੀ ਜਿਵੇਂ ਸੰਗਰੂਰ ਵਿੱਚ ਲਾਠੀ ਚਾਰਜ ਕੀਤਾ ਗਿਆ, ਭਾਵੁਕ ਹੋ ਕੇ ਸਾਡੇ ਸਾਥੀਆਂ ਨੇ 8 ਮਾਰਚ ਨੂੰ ਇੱਥੇ ਨਹਿਰਾਂ ਦੇ ਵਿੱਚ ਛਾਲਾਂ ਮਾਰੀਆਂ। ਅੱਜ ਵੀ ਉਦਾਂ ਦਾ ਵਤੀਰਾ ਕੀਤਾ ਗਿਆ, ਸਾਡੇ ਸਾਥੀਆਂ ਨੂੰ ਗੁੱਟਾਂ ਦੇ ਉੱਪਰ ਸੱਟਾਂ ਲੱਗੀਆਂ ਨੇ, ਸਿਰਾਂ ਦੇ ਉੱਪਰ ਸੱਟਾਂ ਲੱਗੀਆਂ ਨੇ, ਸਾਡੇ ਜਿਹੜੀਆਂ ਭੈਣਾਂ ਨੇ ਉਹਨਾਂ ਦੀਆਂ ਚੁੰਨੀਆਂ ਨੂੰ ਜਿਹੜਾ ਖਿੱਚਿਆ ਗਿਆ, ਇੱਥੋਂ ਤੱਕ ਬੇਬਦ ਕੀਤਾ ਗਿਆ। ਔਰ ਇਹਦੇ ਲਈ ਅਸੀਂ ਇਹ ਮੰਦ ਪੱਗਾ ਜਿਹੜਾ ਵਤੀਰਾ ਕੀਤਾ ਗਿਆ, ਸਾਡੀ ਜਿਹੜੀ ਮੰਗ ਹੈ ਉਹ ਇਹੀ ਮੰਗ ਹੈ ਕਿ ਜਿਹੜੀਆਂ ਸਾਡੇ ਪੋਸਟਾਂ ਦੇ ਉੱਪਰ ਈਟੀਟੀ ਨੂੰ ਵਿਚਾਰਿਆ ਜਾਵੇ, ਨਾ ਕਿ ਹੋਰ ਕਿਸੇ ਨੂੰ ਵਿਚਾਰਿਆ ਜਾਵੇ, ਈਟੀਟੀ ਨੂੰ ਪਹਿਲ ਦੇ ਆਧਾਰ ਤੇ ਵਿਚਾਰਿਆ ਜਾਵੇ, ਈਟੀਟੀ ਦੀ ਪੋਸਟ ਬਣਦੀ ਹੈ ਈਟੀਟੀ ਨੂੰ ਹੀ ਮੁਕਾ ਦਿੱਤਾ ਜਾਵੇ। ਤਾਰਕ ਕ੍ਰਿਸ਼ਨ ਕੁਮਾਰ ਨੇ ਉਹਨਾਂ ਨੇ ਕੀ ਕੀਤਾ ਕਿ ਜੋ ਬੀਐਡ ਵਾਲੇ ਨੇ ਉਹਨਾਂ ਨੂੰ ਈਟੀਟੀ ਦੀ ਪੋਸਟ ਦੇ ਉੱਤੇ ਹੀ ਭਰਤੀ ਕੀਤਾ ਜਾ ਰਿਹਾ ਹੈ, ਜਦੋਂ ਕਿ ਈਟੀਟੀ ਤੇ ਪੋਸਟ ਈਟੀਟੀ ਦਾ ਹੀ ਹੱਕ ਬਣਦਾ ਹੈ ਤੇ ਸਾਨੂੰ ਈਟੀਟੀ ਦੀ ਪੋਸਟ ਤੋਂ ਬਾਹਰ ਕੱਢਿਆ ਜਾ ਰਿਹਾ ਤੇ ਅਸੀਂ ਆਪਣਾ ਹੱਕ ਚਾਹੁੰਦੇ ਹਾਂ ਵੀ ਸਾਡੀ ਈਟੀਟੀ ਦੀ ਪੋਸਟ ਤੇ ਸਿਰਫ ਈਟੀਟੀ ਕੇਡਰ ਦੀ ਹੀ ਭਰਤੀ ਕੀਤੀ ਜਾਵੇ। ਐਕਸ਼ਨ ਜੋ ਸਾਡੇ ਪ੍ਰਧਾਨ ਕਹਿਣਗੇ ਅਸੀਂ ਉਦਾਂ ਹੀ ਕਰਾਂਗੇ, ਅਸੀਂ ਇੱਥੇ ਖੜੇ ਹਾਂ, ਅਸੀਂ ਡਟੇ ਹੋਏ ਹਾਂ, ਅਸੀਂ ਇੱਥੋਂ ਭੱਜ ਕੇ ਜਾਣ ਵਾਲੇ ਨਹੀਂ, ਜਦੋਂ ਤੱਕ ਸਾਡਾ ਹੱਕ ਨਹੀਂ ਮਿਲਦਾ ਅਸੀਂ ਇੱਥੇ ਹੀ ਬੈਠਾਂਗੇ। ਲਾਠੀ ਚਾਰਜ ਸਾਡੇ ਤੇ ਬਹੁਤ ਵੱਡਾ ਤਸ਼ੱਦਦ ਕੀਤਾ ਗਿਆ, ਸਾਡੇ ਭੈਣਾਂ ਤੇ ਭਰਾਵਾਂ ਤੇ ਇੱਥੋਂ ਦੀ ਜੋ ਪ੍ਰਸ਼ਾਸਨ ਹੈ ਇਹਨਾਂ ਨੇ ਸਾਡੇ ਤੇ ਲਾਠੀ ਚਾਰਜ ਕੀਤਾ ਜੀ, ਅਸੀਂ ਜਦੋਂ ਤੱਕ ਸਾਡਾ ਹੱਕ ਨਹੀਂ ਮਿਲਦਾ ਅਸੀਂ ਇੱਥੇ ਹੀ ਬੈਠਾਂਗੇ, ਅਸੀਂ ਲਾਠੀਆਂ ਖਾਵਾਂਗੇ ਤੇ ਇੱਦਾਂ ਹੀ ਸੰਘਰਸ਼ ਕਰਦੇ ਰਹਾਂਗੇ। ਉਧਰ ਪਟਿਆਲਾ ਪੁਲਿਸ ਦੇ ਸੀਨੀਅਰ ਅਧਿਕਾਰੀ ਮੁਤਾਬਕ ਅਸੀਂ ਉਹਨਾਂ ਤੇ ਕੋਈ ਲਾਠੀ ਚਾਰਜ ਕੀਤਾ ਹੀ ਨਹੀਂ ਤੇ ਜੋ ਸਾਡੇ ਤੇ ਇਲਜ਼ਾਮ ਲੱਗ ਰਹੇ ਨੇ ਉਹ ਵੀ ਬੇਬੁਨਿਆਦ ਨੇ। ਐਜੀਟੇਸ਼ਨ ਕਰ ਰਹੇ ਸੀਗੇ, ਅਸੀਂ ਇਹਨਾਂ ਨੂੰ ਬੜਾ ਸਮਝਾਇਆ ਸੀਗਾ, ਇਹਨਾਂ ਨੂੰ ਦੱਸਿਆ ਗਿਆ ਸੀਗਾ ਵੀ ਅਸੀਂ ਟਾਈਮ ਲੈ ਰਹੇ ਹਾਂ, ਟਾਈਮ ਦੇ ਬਾਰੇ ਗੱਲਬਾਤ ਚੱਲ ਰਹੀ ਸੀਗੀ, ਹੁਣ ਵੀ ਹਾਲੇ ਵੀ ਇਹਨਾਂ ਨਾਲ ਗੱਲਬਾਤ ਚੱਲ ਰਹੀ ਆ। ਕੁਝ ਜਗ੍ਹਾ ਤੇ ਜਿਸ ਇੱਕ ਪਾਸੇ ਅਸੀਂ ਗੱਲਬਾਤ ਕਰ ਰਹੇ ਸੀਗੇ, ਦੂਜੇ ਪਾਸੇ ਕਿਸੇ ਨੇ ਧੱਕਾ ਮੁੱਕੀ ਕਰਕੇ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਹੈ, ਤੇ ਅਸੀਂ ਜਿਹੜਾ ਸਿਰਫ ਇਹਨਾਂ ਨੂੰ ਵਾਪਸ ਇਕੱਲੇ ਲਾਠੀ ਚਾਰਜ ਵਗੈਰਾ ਕੋਈ ਨਹੀਂ ਕੀਤਾ ਗਿਆ, ਅਸੀਂ ਹਾਲੇ ਵੀ ਇਹਨਾਂ ਨਾਲ ਜਿਹੜੀ ਹੈਗੀ ਹੈ ਸਾਡੀ ਨੈਗੋਸੀਏਸ਼ਨ ਇਹਨਾਂ ਨਾਲ ਚੱਲ ਰਹੀ ਹੈ ਤੇ ਗੱਲਬਾਤ ਚੱਲ, ਇਹਨਾਂ ਨੂੰ ਅਸੀਂ ਟਾਈਮ ਲੈ ਕੇ ਦੇ ਰਹੇ ਹਾਂ ਤੇ ਟਾਈਮ ਸਾਰਾ ਮਸਲੇ ਦਾ ਹੱਲ ਹੋ ਜਾਣਾ। ਸਰ ਇਹਨਾਂ ਨੂੰ ਇਲਜ਼ਾਮ ਲਗਾਇਆ ਗਿਆ ਕਿ ਲੜਕੀਆਂ ਜਿਹੜੀਆਂ ਇਹਨਾਂ ਦੇ ਨਾਲ ਆਈਆਂ ਉਹਨਾਂ ਦੀ ਚੁੰਨੀਆਂ ਵੀ ਖਿੱਚੀ ਗਈਆਂ, ਉਹਨਾਂ ਨੂੰ ਗਲਤ ਬਿਹੇਵ ਕੀਤਾ ਗਿਆ। ਨਹੀਂ ਨਹੀਂ ਦੇਖੋ, ਜਿੱਥੇ ਲੇਡੀਜ਼ ਬੈਠੀਆਂ ਉੱਥੇ ਇਹਨਾਂ ਦੇ ਨਾਲ ਜਿਹੜਾ ਹੈਗਾ ਉਹਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਸਾਡੇ ਕੋਲ ਲੇਡੀ ਫੋਰਸ ਪ੍ਰੋਪਰ ਹੈਗੀ ਹੈ, ਜੋ ਵੀ ਲੇਡੀ ਫੋਰਸ ਹੀ ਕਰ ਰਹੀ ਹੈ। ਜੇ ਕੋਈ ਇੱਦਾਂ ਦਾ ਇਲਜ਼ਾਮ ਲਗਾਇਆ ਉਹ ਬਿਲਕੁਲ ਗਲਤ ਹੈ, ਪ੍ਰੋਪਰ ਸਾਡੇ ਕੋਲ ਇਨਫ ਸਟਰੈਂਥ ਵਿੱਚ ਲੇਡੀ ਫੋਰਸ ਹੈਗੀ ਹੈ, ਅਸੀਂ ਜੇ ਉਹਨਾਂ ਦੀ ਚੁੰਨੀਆਂ ਕਾਹਦੇ ਲਈ ਕਿਸੇ ਨੇ ਕੋਣੀਆਂ, ਉਹ ਸਾਡੀਆਂ ਭੈਣਾਂ ਵਰਗੀਆਂ ਨੇ, ਸਾਡੇ ਫੈਮਿਲੀ ਮੈਂਬਰਸ ਵਰਗੀਆਂ ਨੇ, ਅਸੀਂ ਇਦਾਂ ਦੇ ਹਰਕਤ ਸਾਡੇ ਅਸੀਂ ਕਿਉਂ ਕਰਾਂਗੇ। ਇੱਕ ਪਾਸੇ ਸੂਬੇ ਦਾ ਕਿਸਾਨ ਸੜਕਾਂ ਤੇ ਰੁਲ ਰਿਹਾ ਤੇ ਦੂਜੇ ਪਾਸੇ ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ, ਪਰ ਸਾਰ ਕੋਈ ਵੀ ਨਹੀਂ ਲੈ ਰਿਹਾ। ਲੋੜ ਹੈ ਦੋਵਾਂ ਸਰਕਾਰਾਂ ਨੂੰ ਸਾਰ ਲੈਣ ਦੀ, ਤਾਂ ਜੋ ਇਹ ਲੋਕ ਵੀ ਆਪਣੀ ਜ਼ਿੰਦਗੀ ਚੈਨ ਨਾਲ ਬਸਰ ਕਰ ਸਕਣ। ਨਿਊਜ਼ ਡੈਸਕ ਰਿਪੋਰਟ, ਵਰਲਡ ਪੰਜਾਬੀ ਟੀਵੀ।